ਚਲੋ ਅੱਜ ਮੈਂ ਬੜੇ ਦਿਨਾਂ ਤੋਂ ਕਹਿ ਰਿਹਾ ਸੀ ਕਿ ਮੇਰਾ ਪਟਾਕਾ ਪੈਣਾ, ਤੁਹਾਡਾ ਪਿਓ ਤਿਆਰ ਹੈ ਹੁਣ ਮਰਨ ਨੂੰ, ਜਿਹਦੇ ਬੰਟਿਆਂ 'ਚ ਦਮ ਹੈਗਾ, ਜੂਸ ਹੈਗਾ, ਮੈਂ ਇਕੱਲਾ ਹੁੰਦਾ। ਮੈਂ ਬਹੁਤ ਦਿਨ ਤੋਂ ਕੰਟਰੋਲ ਕਰ ਰਿਹਾ ਸੀ ਮੈਂ ਨਾ ਬੋਲਾਂ, ਪਰ ਅੱਜ ਕਾਂਗਰਸੀਆਂ ਨੇ ਆਪਣੀ ਔਕਾਤ ਦਿਖਾ ਦਿੱਤੀ। ਮੈਂ ਬਹੁਤ ਇੱਜ਼ਤ ਕਰਦਾ ਸੀ, ਅੱਜ ਮੇਰੇ ਫਾਦਰ ਸਾਹਿਬ ਨੂੰ ਘੇਰ ਕੇ ਇਹਨਾਂ ਨੇ ਗਾਲਾਂ ਕੱਢੀਆਂ, ਮੇਰੇ 'ਤੇ ਹੱਥ ਚੁੱਕਿਆ, ਭਾਜੀ ਮੇਰੇ ਪਾਪਾ ਦੇ ਹੱਥ ਚੁੱਕਿਆ, ਜਿਹੜਾ ਮੈਂ ਬਰਦਾਸ਼ਤ ਨਹੀਂ ਕਰਾਂਗਾ। ਇੱਕ ਇੱਥੇ ਰਾਮਪਾਲ ਹੈਗਾ ਜਿਹਨੂੰ ਮੁਹੱਲੇ 'ਚ ਕੀ ਭੈਣ ਕਰਦੇ ਨਹੀਂ ਮੂੰਹ ਲਾ ਕੇ ਖੁਸ਼, ਛੱਡੋ ਭੈਣ ਚੋ ਮੈਨੂੰ ਕੀ ਪਿਆਰ ਕਰਨਾ, ਇਨਸਾਨੀਅਤ ਨੂੰ ਪਿਆਰ ਕਰਨ ਲਈ। ਸ਼ਿਵਪੁਰੀ ਇਲਾਕਾ ਅਮਰ ਸਵੀਟਸ ਦੇ ਕੋਲ ਮੈਂ ਬੈਠਾ ਰੋਡ 'ਤੇ, ਜਦੋਂ ਤੱਕ ਇਹ ਬੰਦੇ ਅੰਦਰ ਨਹੀਂ ਹੁੰਦੇ, ਸਾਰਿਆਂ ਦੇ ਸਾਹਮਣੇ ਇਹਨਾਂ ਨੇ ਕੁੱਟਿਆ ਨਹੀਂ ਹੈ। ਕਹਿੰਦੇ ਅਨਮੋਲ 2 ਨੰਬਰ ਦੀ ਕਮਾਈ ਕਰਦਾ, ਕਿਹੜਾ ਹਰਾਮ ਦਾ ਸਾਬਤ ਕਰ ਦੇਵੇ 2 ਨੰਬਰ ਦੀ ਕਮਾਈ, ਮੇਰੀ ਸਾਰੀ ਜ਼ਿੰਦਗੀ ਲਈ ਹੁਣੀ ਫਾਂਸੀ ਚੜੂੰਗਾ। ਜੇ ਸਾਬਤ ਨਾ ਕਰ ਪਾਏ ਤਾਂ ਇੱਥੇ ਮੈਨੂੰ ਮਿਲਣਾ ਫੋਟੋ ਤਾਂ ਰਾਮਪਾਲ ਦੀ। ਇਹ ਹੈ ਰਾਮਪਾਲ, ਆਪਣੇ ਆਪ ਨੂੰ ਸਮਝਦਾ 2 ਟਕੇ ਦਾ ਬੰਦੇ ਦੀ ਨਾ ਸ਼ਕਲ ਨਾ ਅਕਲ। ਕਹਿੰਦਾ ਜੀ ਅਨਮੋਲ 17,000 ਰਾਮਪਾਲ ਉਹਦੀ ਫੋਟੋ ਦਿਖਾਓ ਕੱਢ ਕੇ, ਜੇ ਕੋਈ ਹੈਗਾ ਰਾਮਪਾਲ ਇਹਦੇ ਸ਼ਹਿਰ 'ਚ ਪੂਰਾ ਜਲੂਸ ਕੱਢੀਏ। ਰਾਮਪਾਲ ਬਹੁਤ ਇੱਜ਼ਤ ਕਰਦਾ ਸੀ ਮੈਂ ਇਹਨਾਂ ਦੀ, ਮੈਂ ਸ਼ਿਵਪੁਰੀ ਇਲਾਕੇ ਦਾ ਰਹਿਣ ਵਾਲਾ। ਮੈਂ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਦੱਸ ਲੱਗਾ ਮੇਰੇ ਡੈਡੀ ਇਲੈਕਸ਼ਨਾਂ 'ਚ ਖੜੇ ਸੀਗੇ, ਮੇਰੇ ਘਰ ਕਲੇਸ਼ ਚੱਲਿਆ ਸੀ, ਮੈਂ ਪੋਲੀਟਿਕਸ 'ਚ ਨਹੀਂ ਆਇਆ। ਇਹਨਾਂ ਹਰਾਮਦਿਆਂ ਨੂੰ ਸ਼ਰਮ ਨਹੀਂ ਆਈ ਕਿ ਇੱਕ ਮੁੰਡੇ ਨੇ ਆਪਣੇ ਪਿਓ ਦਾ ਪੋਲੀਟਿਕਸ ਦੇ ਵਿੱਚ ਸਾਥ ਨਹੀਂ ਦਿੱਤਾ, ਅੱਜ ਉਹਨੂੰ ਮਿਲਿਆ ਕੀ, ਮਿਲਿਆ ਤਮਾਸ਼ਾ ਥੱਪੜ। ਆਹ ਕੱਪੜੇ ਪਾੜੇ ਇਹਨਾਂ ਨੇ, ਕੱਪੜੇ ਪਾੜ ਕੇ ਅੱਜ ਅਨਮੋਲ ਕਵਾਤਰਾ ਇੱਥੋਂ ਹਿੱਲੂਗਾ ਨਹੀਂ। ਜਿੰਨੇ ਮੈਨੂੰ ਪਿਆਰ ਕਰਨ ਵਾਲੇ, ਮੈਨੂੰ ਤਾਂ ਛੱਡ ਤਾਂ ਪਾਨਾ, ਤੇਰਾ ਬੁੜਾ 3ਕਲਾਸ ਦੇ ਵਿੱਚ 7,500,000 ਰੁਪਏ ਲਾ ਕੇ ਸਿੰਗਾਪੁਰ ਘੁੰਮ ਕੇ ਆਇਆ ਸੀ ਸਾਲੇ, ਅੱਜ ਮੈਂ ਬਾਈਆਂ ਦਾ, ਤੂੰ ਮੈਨੂੰ ਸੋਚਦਾ ਟੁੱਚ, ਮੈਂ ਟੁੱਚ ਹੀ ਹਾਂ, ਮੈਨੂੰ ਪਤਾ ਸੀ ਗੈਂਡ 'ਚ ਜੁੱਤੀਆਂ, ਅੱਜ ਮੈਂ ਮਰਨ ਲਈ ਵੀ ਤਿਆਰ ਹਾਂ। ਸਾਰੇ ਲੋਕ ਖੜੇ ਤਮਾਸ਼ਾ ਦੇਖਣ ਵਾਲੇ, ਔਰ ਇਹ ਸ਼ਿਵਪੁਰੀ ਇਲਾਕਾ ਲੁਧਿਆਣੇ ਦੇ ਵਿੱਚ ਮੈਂ ਬੈਠਾ ਉਦੋਂ ਤੱਕ ਜਦੋਂ ਤੱਕ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ। ਵੋਟਾਂ ਹੋ ਗਈਆਂ, ਜਿਹੜਾ ਮਰਜ਼ੀ ਜਿੱਤੇ, ਜਿਹੜਾ ਮਰਜ਼ੀ ਆ ਰਹੇ, ਮੈਂ ਨਾ ਸਪੋਰਟ ਕੀਤੀ ਕਿਸੇ ਨੂੰ, ਔਰ ਅੱਜ ਕਰੂੰਗਾ। ਅੱਜ ਬੈਂਸ ਸਾਹਿਬ ਵੀ ਇੱਥੇ ਆਣਗੇ, ਹੋਰ ਜਿਹੜੇ MLA MP ਹੈਗੇ।